ਭੈਣਦੇ ਯਾਰ ਦਾ ਨਾ ਤਾਂ ਕੋਈ ਕੱਖਾਂ ਵਾਲੀ ਹੈ ਜਾਂ ਬੱਲੀਆਂ ਚੁਗਣ ਵਾਲੀ ਵੀ ਨਹੀਂ ਜੀ ਕੋਈ ਆਉਂਦੀ। ਇਸ ਵੇਲੇ ਤਾਂ ਆਉਂਦੀਆਂ ਸੀ ਯਾਰ, ਆਈਆਂ ਕਿਉਂ ਨਹੀਂ ਅੱਜ? ਹੈਂ, ਚੱਕਰ ਕੀ ਬਣ ਗਿਆ? ਸਾਲਾ ਚੰਦ ਇੱਧਰ ਕਿੱਧਰ ਚੜ੍ਹਿਆ ਬੈਠਾ, ਸਾਲਾ ਤੀਵੀਆਂ ਦੇਖਦਾ ਹੋਊ ਵੀ ਕੋਈ ਆਉਂਦੀ ਹੈ ਕਿ ਨਾ। ਹੋਰ ਤਾਂ ਇਹਦੇ ਕੋਲੇ ਕੋਈ ਕੰਮ ਨਹੀਂ ਗਾ। ਚੱਲ ਦੇਖਦੇ ਹਾਂ, ਪੁੱਛਦੇ ਹਾਂ। ਉਹ ਚੰਦ, ਉਹ ਚੰਦ ਇੱਧਰ ਕਿੱਧਰ ਚੜ੍ਹਿਆ ਬੈਠਾ? ਮਰੂਦਾਂ ਤੇ ਤੋਤੇ ਕੀ ਆਉਂਦੇ ਸੀ? ਓਏ ਪਤਾ ਹੈ ਤੇਰਾ ਤੋਤਿਆਂ ਦਾ? ਤੁਹਾਨੂੰ ਸਾਰੇ ਕੰਮ ਇੱਥੋਂ ਤੀਵੀਆਂ ਦੇਖਦਾ ਹੋਗਾ, ਪਿੰਡ ਕੰਨੀ ਬਹੁ ਗੁਰੀ ਬੈਠਾ, ਹੋਰ ਕੀ ਹੈ? ਮੈਂ ਤਾਂ ਖੇਤੋਂ ਆਇਆ ਸੀ, ਕਰਪੈਨ ਚੱਲਦੀ, ਮੁੰਡਿਆਂ ਦੀ ਚਾਹ ਫੜਾ ਕੇ ਆਇਆ ਸੀ ਉੱਥੇ। ਆਇਆ ਫਿਰ ਕੋਈ ਸੁਣਾ ਗੱਲਬਾਤ? ਗੱਲਬਾਤ ਆਇਆ 10 ਮਿੰਟ ਬਹਿ ਜਾਂਦੇ ਆ ਇੱਥੇ, ਤੋਤੇ ਨੀ ਛੱਡਦੇ ਅਮਰੂਦ। ਓਏ ਕਿਹੜੇ ਤੂੰ ਅਮਰੂਦ ਦੇਖਦਾ, ਮੈਨੂੰ ਪਤਾ ਹੀ ਹੈ ਤੇਰਾ। ਤੀਵੀਆਂ ਦਾ ਬੜਾ ਝਸੜੂ ਆਣਾ ਯਾਰ, ਮੈਂ ਤਾਂ ਉਹੀ ਗੱਲ ਤੇਰੇ ਪੁੱਠੀ ਗੱਲ ਕਰੋ। ਤੇਰੀ ਸਾਰੀ ਉਮਰ ਆ ਕੰਮ ਚ ਟੱਪ ਗਈ, ਝੋਨਾ ਚੰਗਾ ਨਿਕਲਿਆ ਓਏ? ਝੋਨਾ ਤਾਂ ਹੁਣ ਮਸ਼ੀਨ ਲੱਗ ਰਹੀ ਹੈ, ਵੱਢੀ ਜਾਂਦੇ ਆ, ਦੇਖੋ ਕੀ ਪੈਂਦਾ। ਮੰਡੀ ਚ ਸਿੱਟਾਂ ਘਰੇ ਤਾਂ ਕਿੱਥੇ ਥਾਂ ਹੈਗਾ ਆਪਣੇ ਕੋਲੇ? ਮੰਡੀ ਵੀ ਖਰ ਭਰੀ ਪਈ ਹੁਣ ਤਾਂ ਯਾਰ। ਉਹ ਦੇਖ ਕੇ ਆਇਆ ਸੀ ਮੈਂ, ਥਾਂ ਹੈਗਾ ਤੇ ਉੱਥੇ ਮੁੰਡਾ ਬਹਾਤਾ ਸੀ ਇੱਕ, ਮੈਂ ਇੱਥੇ ਥਾਂ ਕਿਸੇ ਨੂੰ ਟਰਾਲੀ ਨਾ ਲਾਉਣ ਦੇ। ਚੱਲ ਵਧੀਆ ਭਾਈ, ਉਹਦਾ ਪਹਿਲੀ ਥਾਂ ਰੋਕ ਲੈ। ਹਾਂ ਹਾਂ ਵਧੀਆ, ਮੈਂ ਤਾਂ ਭਾਣਾ ਕਾਚਰਾ ਜਿਹਾ ਵੱਜਿਆ ਯਾਰ। ਕਾਚਰਾ ਤਾਂ ਤੇਰੇ ਕਿਹੜਾ ਵੱਜਿਆ? ਜਦੋਂ ਤੂੰ ਪੁੱਠੇ ਪੰਗੇ ਲੈਣ ਡੱਗੀਆਂ ਤੇ ਕੀ ਕਰ ਲੈਣ ਚੜ੍ਹਦਾ ਯਾਰ? ਉਹ ਫਿਰ ਤੂੰ ਤਾਂ ਪੁੱਠੀ ਸੋਚਿਆ, ਮਰੂਦਾਂ ਨੂੰ ਤੋਤੇ ਖਾਈ ਜਾਂਦੇ ਆ। ਓਹੋ, ਮਰੂਦਾਂ ਨੂੰ ਤੋਤੇ ਤਾਂ ਕੋਈ ਗੰਦ ਹੀ ਨਹੀਂ, ਕੋਈ ਕਿੱਥੇ ਤੋਤਾ ਦਿਖਾ ਉੱਥੇ। ਕਈ ਵਾਰੀ ਆ ਜਾਂਦਾ। ਹੋਰ ਤੂੰ ਝੋਨਾ ਨੀ ਵੱਢਿਆ ਫਿਰ? ਝੋਨਾ ਤਾਂ ਵੱਢ ਲਿਆ, ਬਸ ਆ ਰਹਿ ਗਿਆ 11-21 ਤੇ ਮੁੱਛਲ ਜਾ ਖੜਾ ਕੁਛ ਕੁ ਯਾਰ। ਠੀਕ ਆ, ਇਹਨੂੰ ਵੀ ਵੱਢ ਲਓ, ਮੇਲਾ ਆਈ ਪਿਆ ਇਹ। ਆਇਆ ਤਾਂ ਪਿਆ, ਮਸ਼ੀਨ ਠੀਕ ਤੇ ਸੀ, ਕਾਈ ਥਾਉ ਨਹੀਂ ਯਾਰ ਮੰਡੀ ਚ। ਐਤ ਕੀ ਦਾ ਰੇਟ ਹੈ ਦਾ ਚੰਗਾ 11-21 ਦਾ? ਸੱਚੀ ਗਰਦ ਪੈਂਦੀ ਯਾਰ ਇਹ ਗੱਲ, ਤੇਰੀ ਆਦਤ ਨਾ ਗਈ ਝੇਡਾਂ ਕਰਨ ਦੀ ਹਨਾ। ਮੇਰੇ ਵਰਗਾ ਕੀੜੇ ਪਾਈਏ, ਪਊਆ ਦੇਣਾ ਪਾਈਏ। ਅੱਛਾ, ਮੇਰੇ ਕੋਲ ਪੀ ਕੇ ਨੀ ਆਇਆ ਤੂੰ ਕਿਤੇ? ਨਾ ਨਾ, ਮੇਰੇ ਵੱਲ ਕਦੇ ਨਹੀਂ ਹੋਈ ਨਹੀਂ, ਬਥੇਰੇ ਵਾਰੀ ਪਈ ਯਾਰ ਤੈਨੂੰ ਮੈਂ। ਮੈਨੂੰ ਪਤਾ ਹੀ ਆ ਜਿਹੜੀ ਪਿਆਉਣਾ ਤੂੰ। ਹਾਂ ਫਿਰ ਕਰੀਏ ਕੋਈ ਹੱਲ ਅੱਜ? ਨਹੀਂ ਤੂੰ ਇਹਨੇ ਲਾ ਲਾਂਗੇ ਕੋਈ ਤਾਰ ਤੂਰ ਅੱਜ, ਮਤਲਬ ਕਰਨਾ ਪਊ ਇਹਦਾ ਸਰਨਾ ਨੇ ਆਪਾਂ। ਹਾਂ ਨਹੀਂ ਫਿਰ ਮੋਟਰਸਾਈਕਲ ਘੇਰਾਂਗੇ ਸੜਕ, ਕੋਈ ਨਾ ਕੋਈ ਨਾ। ਮੈਂ ਤਾਂ ਕਹਿੰਦੇ ਨਾ ਤਾਰ ਨਾ ਚੱਕੀ ਇਹਨਾਂ ਦੀ, ਮੈਂ ਤਾਂ ਆਪ ਕਹਿੰਦਾ ਤਾਰ ਚੱਕੀ ਇਹਨਾਂ ਦੀ, ਕਰਦੇ ਹੱਲ ਕੋਈ ਐਂ ਦਾ ਸਰਨਾ ਨੀ ਫਿਰ ਆਪਣਾ, ਮਰ ਜਾਂਗੇ ਸਮਾਨ ਬਿਨਾ। ਕਹਿੰਦੇ ਬੁੜੇ ਬੈਠੇ ਹੋਣਾ, ਇਹ ਤਾਂ ਕਰਨਗੇ, ਮੈਂ ਖੜਾ ਛਿੜਾ ਕੇ ਜਾਣਾ ਪਊ, ਇਹਨਾਂ ਤਾਂ ਆਪਾਂ ਨੂੰ ਤੰਗ ਕਰਨਗੇ। ਤੂੰ ਆਪਾਂ ਹੱਲ ਕਰਾਂਗੇ ਅੱਜ, ਕਿਵੇਂ ਨਾ ਕਿਵੇਂ। ਚੰਗਾ ਨਹੀਂ ਤਾਂ ਮੋਟਰਸਾਈਕਲ ਫਿਰ ਖੋਵਾਂਗੀ, ਖੋਵਾਂਗੇ ਨਾ। ਤਾਰਾਂ ਤੂਰਾਂ ਹੀ ਪਈਆਂ ਨੇ ਲੰਬਰਦਾਰਾਂ ਦੇ ਮੋਟਰ ਤੇ, ਟਰਾਂਸਫਾਰਮ ਦਾ ਕਰਦੇ ਨੀ ਹਾਲੇ, ਟਰਾਂਸਫਾਰਮ ਕਰ ਦਾਂਗੇ ਚੋਰੀ ਆਪਾਂ। ਹਾਂ ਹਾਂ ਚੰਗਾ, ਠੀਕ ਹੈ। ਹਾਂ ਇਹਨਾਂ ਦੇ ਬੁੜੇ ਜਿਹੇ ਵੀ ਬੈਠੇ ਆ ਯਾਰ, ਇਹ ਤਾਂ ਕਰਨਗੇ, ਨਹੀਂ ਕਰੀ ਰੱਖਣਗੇ ਇਹਨਾਂ ਦੇ ਬੁੜੇ ਜਿਹੇ। ਉਹੀ ਤਾਂ ਗੱਲ ਹੈ ਨਾ, ਦੋ ਚੀਜ਼ਾਂ ਪਰਕਾਵਾਂਗੇ ਪਤਾ ਨਹੀਂ। ਹਾਂ ਹਾਂ ਹੋਰ ਬਾਬਾ ਜਮੀ ਛੱਡਤਾ ਬਾਬਾ, ਜਮੀ ਹੋਏ ਲੱਗ ਕਿੱਥੋਂ ਗਏ ਤੁਸੀਂ ਕੰਜਰ ਹੋ? ਉਹ ਬਸ ਕੀ ਦੱਸੀਏ ਬਾਬਾ, 30-35 ਸਾਲ ਦੀ ਉਮਰ ਹੋ ਰਹੀ ਹੈ ਸਾਡੀ ਹੁਣ। ਹੈਂ, ਉਹ ਤੁਰੇ ਫਿਰ ਪੜੀ ਬੁੜੀ ਪੜਾਈਆਂ ਚ ਲੱਗੇ, ਫਿਰ ਨੌਕਰੀਆਂ ਦਿੱਤੀਆਂ ਨੀ ਸਰਕਾਰਾਂ ਨੇ, ਬਸ ਸਵਾ ਸਵਾ ਚ ਲੱਗ ਗਏ ਉਦੋਂ, ਆਪਣੇ ਵੇਲੇ ਕਿਹੜਾ ਦਾਰੂ ਸੀ ਜਾਂ ਘਰ ਦੀ ਕਰਦੇ ਜਾਂ ਭੁੱਖੀ ਸੀ, ਬਸ ਆਪਣੇ ਨਸ਼ਾ ਦਾਰੂ ਦਾ ਸ਼ਰਾਬ ਪੀਣਾ ਪਊਗਾ, ਮੈਂ ਝੂਠ ਮਾਰਾ ਤੈਨੂੰ। ਇਹਨਾਂ ਦੇ ਸਰੀਰ ਦੇਖ ਹੀ ਲੈ ਛੱਡਿਆ ਵਰਗੀ ਹੈ ਬਾਬਾ, ਫਿਰ ਹੋਰ ਕੀ ਖਾਂਦੇ ਹੋ? ਆ ਦੋ ਹਸਪਤਾਲ ਗੋਲੀਆਂ ਖਾ ਲੈਣੇ ਬਸ, ਇਹਦਾ ਸ਼ਿਰਾ ਗਵਰਨਮੈਂਟ ਨੇ ਨਾ
ਜਮਾ ਪੈਣ ਘੜਤੀ। ਦੜਕੇ ਨਾ ਖਾਈਏ ਸਰੀਰ ਹੀ ਨੀ ਬਣਦਾ ਸਾਡਾ। ਚਗਲੇ ਪੁਰੀ ਦੇ ਚੱਲ ਗਏ ਆਪਾਂ, ਹੈਂ ਚੱਲ ਗਏ। ਮੈਂ ਤਾਂ ਕਹਿੰਦਾ ਕਰਾਂਗੇ ਹੱਲ ਵੀ ਇੱਥੋਂ ਜੀ, ਹੋਰ ਚੁਗਲੀਆਂ ਕਸੀ ਕਸੀ ਪਏ ਇਹਨਾਂ ਦੇ, ਧਿਆਨ ਕਰਾਂਗੇ। ਚੰਗਾ ਚੰਗਾ ਸ਼ੇਰਾ ਮਾਇਆ, ਚੰਗੀ ਮੱਤ ਦੇਣਾ, ਘਟਾਓ ਹੌਲੀ ਹੌਲੀ। ਓਏ ਬਾਬਾ ਘਟਿਆ ਵਰਗੀ ਆ ਬਸ, ਨਾਲੇ ਘਰੋਂ ਮਾਂ ਪਿਓ ਦੁਖੀ ਆ ਯਾਰ, ਕਿਉਂ ਕੰਜੀ ਨਹੀਂ ਕਰੀਏ ਬਾਬਾ। ਫਿਰ ਅਸੀਂ ਵੀ ਦੱਸਦੇ ਕੀ ਕਰੀਏ, ਕਿਹੜੇ ਖੁੰਜ ਖੂਲ ਦੇ ਚ ਜਾ ਕੇ ਉਹ ਕਰੀਏ। ਸ਼ੇਰਾ ਦਾ ਨਸ਼ਾ ਜਿਹੜਾ ਨਾ, ਇਹਦਾ ਇੱਕ ਸਵਾਦ ਹੈ ਤੁਹਾਡੇ ਦਿਮਾਗ ਚੋਂ ਇਹ ਗੱਲ ਕੱਢੋ। ਕਿਵੇਂ ਨਿਕਲੂ ਹੁਣ ਤਾਂ ਸਰਕਾਰਾਂ ਨੇ ਵੀ ਲੈ ਲਿਆ ਸਾਨੂੰ, ਤਾਂ ਨਾ ਕੋਈ ਨੌਕਰੀ ਦਿੱਤੀ, ਫਿਰ ਪਹਿਲੇ ਕਰੇ ਕੀ ਇਹਦਾ। ਫਿਰ ਸ਼ੇਰਾ ਜ਼ਿਮੀਦਾਰ ਨੂੰ ਮਰਨਾ ਪਊ, ਆਪਣੇ ਕੋਲ ਤਾਂ ਖੇਤੀ ਕਈ ਕਵਾੜੀ ਆ, ਕੋਈ ਸਬਜ਼ੀ ਲਾ ਲਓ ਕਿੱਲਾ, ਕੋਈ ਹੋਰ ਖੇਤੀ ਸ਼ੌਂਕ ਨਾਲ ਬਦਲ ਕੇ ਕਰ ਲਓ। ਇਸ ਤਾਂ ਮਾਰਤੇ ਡੋਬਤੇ ਜਮੀਨ ਡੋਬਤੇ, ਭਾਈ ਲੋਕ ਜਮਾ ਗਵਰਨਮੈਂਟ ਨੇ ਫੇਰ ਕਰਤਾ ਜ਼ਿਮੀਦਾਰ, ਸਾਡਾ ਸਰੀਰ ਹੀ ਨਹੀਂ ਤੁਰਦਾ ਜੇ ਨਾ ਕੁਝ ਕਰੀਏ। ਇਹ ਦੇਖ ਲੈ ਕਿੱਥੇ ਗੋਲੀ ਕੱਢੀ ਹੈ ਯਾਰ, ਕਹੇ ਜੀ ਗਵਰਨਮੈਂਟ ਨੇ ਉੱਥੇ ਲੈਣ ਲੱਗੀ ਹੁੰਦੀ ਹੈ ਸੂਰ, ਬਾਰੀ ਨਹੀਂ ਆਉਂਦੀ, ਇਹਦਾ ਮਾੜੀ ਆ ਸ਼ੇਰਾ। ਬਾਬਾ ਕੀ ਕਰੀਏ ਫਿਰ ਉਹ ਦੱਸ ਦੇ ਹੁਣ। ਇੱਕ ਤਾਂ ਸ਼ੇਰਾ ਬਾਹਰ ਜਦੋਂ ਬੰਦਾ ਜਾਂਦਾ ਨਾ, ਜੀ ਕਰਦਾ ਤੁਸੀਂ ਘਰੇ ਰਹੋ ਆ ਜਾਂ ਖੇਤ ਕੰਮ ਚ ਧਿਆਨ ਦਿਓ ਨਾ, ਜੇ ਬੰਦਾ ਕਿਸੇ ਕੰਮ ਲੱਗਿਆ ਗੱਲ ਭੁੱਲ ਜਾਂਦਾ ਯਾਰ, ਕੰਮ ਕਰਨ ਨੂੰ ਜੀ ਨਹੀਂ ਕਰਦਾ ਜਿੰਨਾ ਡੰਗ ਸਰੀਰ ਥੱਲੇ ਨਾ, ਤੜਕੇ ਮਾਰੀਏ ਚਾਹ ਨਾਲ ਖੋਲ ਕੇ। ਫਿਰ ਤੁਸੀਂ ਹੌਲੀ ਹੌਲੀ ਘਟਾਓ, ਪਹਿਲਾਂ ਅੱਧੀ ਕਰ ਦਿਓ, ਫਿਰ ਅੱਧੀ ਚ ਅੱਧੀ ਐ ਸ਼ੇਰਾ ਘਟੂ ਹੌਲੀ ਹੌਲੀ। ਮੁਸ਼ਕਿਲ ਬਾਬਾ, ਇਹ ਤਾਂ ਰਚ ਗਈ ਹੱਡਾਂ ਚ। ਚੱਲ ਤੁਹਾਡੀ ਮਰਜ਼ੀ, ਅਸੀਂ ਤਾਂ ਕੀ ਸਿਆਣੇ ਬੰਦੇ ਨੇ ਕਹਿਣਾ ਭਾਈ ਤੁਹਾਨੂੰ ਚੰਗੀ ਮਾਤੀ ਦੇ, ਗੱਡਲ ਵੀ ਲਾ ਲੈਨੇ ਹੋ। ਆਹ ਟੀਕਾ ਲਾਉਣ ਵਾਲੇ ਲੱਗਦੇ ਆ ਤੈਨੂੰ ਅਸੀਂ ਯਾਰ। ਬਾਬਾ ਦੇਖ ਯਾਰ, ਜਮੀਨ ਫਿਰ ਜਦੋਂ ਬੰਦਾ ਐ ਹੋ ਜਾਣਾ, ਚੋਰੀਆਂ ਠੱਗੀਆਂ ਤੇ ਹੋ ਜਾਂਦਾ ਬੰਦਾ। ਅੱਛਾ ਬਾਬਾ, ਹੁਣ ਅਸੀਂ ਚੋਰੀ ਕਰਦੇ ਆ, ਨਹੀਂ ਉਹ ਗੱਲ ਐ ਛੇੜਾ, ਜਿਹੜਾ ਬੰਦਾ ਨਸ਼ੇ ਪੱਤੇ ਆਪਾਂ ਨੂੰ ਕਹਿੰਦੇ ਨਾ, ਤੇ ਆਪਣੇ ਚ ਘੜਦੇ ਆ ਗੱਲਾਂ, ਬਾਲੇ ਲੁੱਚੇ ਆਪੜੇ ਹੈ ਨਾ ਨਾ ਛੇੜਾ। ਅਸੀਂ ਛੋਟਾ ਆਪਦੇ ਧੀ ਪੁੱਤੋ ਯਾਰ, ਤੁਹਾਨੂੰ ਅਨੂੰ ਸੁਣਦੇ ਆ ਥੋੜੀਆਂ ਗੱਲਾਂ ਪਿੰਡ ਚ, ਅਸੀਂ ਚੰਗੀ ਮੱਤ ਦਿੰਨੇ ਆ। ਤੂੰ ਆਪਦੀ ਜਵਾਨੀ ਵੇਲੇ ਭਾਣੀ ਕਿੰਨਾ ਕੁਝ ਖਾਦਾ ਹੋਊਗਾ ਬਾ, ਸਾਡੇ ਵੇਲੇ ਇਹ ਜਿਹਾ ਕੁਝ ਕਿੱਥੇ ਸੀ ਯਾਰ, ਹੈ ਮੇਰੇ ਗੱਡਿਆ ਰੋਹੀ ਗੱਲਾਂ। ਇਹ ਤਾਂ ਗੱਲਾਂ ਛੇੜਾ ਕੀ ਦਾਵਾਂ, ਕਰਾਂਗੇ ਕੋਈ ਹੱਲ ਤਾਂ ਕਰਾਂਗੇ। ਨਸ਼ੇ ਵਾਲੇ ਬੰਦੇ ਦੀ ਪੀਣ ਲੱਗ ਜਾਣੇ ਮੇਰਾ ਮੁੰਡਾ ਕੰਮ ਕਰਦਾ ਦੇਖ ਲਾ, ਇਹਦੇ ਬੰਨੀ ਝਾਕੋ ਛੋਟੇ ਵਰਗੇ। ਸਾਨੂੰ ਤਾਂ ਰਿਸ਼ਤੇਦਾਰ ਸਾਨੂੰ ਨੀ ਸੋਚਦੇ, ਘਰ ਦੇ ਸਾਨੂੰ ਵੀ ਤਾਂ ਗਾਲਾਂ ਦਿੰਦੇ ਆ। ਇਹੀ ਇੱਥੇ ਫਰਕ ਆ ਸ਼ੇਰਾ, ਮਾੜੀ ਗੱਲ ਆ। ਹੁਣ ਜੇ ਘਰੇ ਬੈਠੇ ਰਹਿੰਦੇ ਆ, ਗਾਲਾਂ ਦਿੰਦੇ ਵੀ ਕੰਮ, ਦੁਖੀ ਹੋਰ ਕੇ ਬੰਦਾ ਕਰੇਗੀ। ਇਹ ਘਰੋਂ ਸ਼ੇਰਾ ਮਾਂ ਪਿਓ ਨੂੰ ਸਮਝਾਉਣਾ ਪਿਆਰ ਨਾਲ, ਰਿਸ਼ਤੇਦਾਰਾਂ ਨੂੰ ਵੀ ਕਰੋ, ਜਦੋਂ ਤੁਹਾਡਾ ਮਨ ਟੁੱਟ ਜਾਂਦਾ ਨਾ, ਫਿਰ ਮਨ ਹੀ ਟੁੱਟ ਗਿਆ ਤਾਂਹੀਓ ਇਸ ਕੰਮ ਤੇ ਲੱਗੀ ਲੈਣਾ ਦੁਨੀਆ ਤੋਂ। ਤੁਹਾਡੇ ਘਰੇ ਮੈਂ ਕਹੂੰ ਅਸੀਂ ਕਵਾਂਗੇ ਯਾਰ, ਸੁਧਰਨਾ ਤਾਂ ਚਾਹੁੰਦੇ ਆ, ਪਰ ਕੀ ਕਰਨੀ, ਇਹਨਾਂ ਦਾ ਮਨ ਭਟਕ ਗਿਆ ਭਟਕ ਗਿਆ। ਰਿਸ਼ਤੇਦਾਰ ਘਰੇ ਸਾਨੂੰ ਪੁੱਛਦੀ ਨੀ, ਗਾਲਾਂ ਦਿੰਦੇ ਆ, ਕੱਢਦੇ, ਦੁਖੀ ਹੋ ਕੇ ਕਰੀਏ ਕੀ? ਤੁਹਾਡਾ ਮਨ ਟੁੱਟ ਗਿਆ, ਫਿਰ ਘਰੋਂ ਜਦੋਂ ਕਰਦੇ ਇਹਨਾਂ ਦੇ ਕਹੀਏ ਆਪਾਂ ਘਰੋਂ ਕਰੇ ਕੀ? ਅਸੀਂ ਇੱਧਰ ਟੱਪੇ ਆਉਣੇ, ਫਿਰ ਕਰੇ ਕੀ? ਇਹ ਵੀ ਗੱਲ ਇਸੇ ਕੰਮ ਦੀ ਲੱਗੀ ਹੈ, ਸੋਚ ਮਾੜੀ ਹੋ ਗਈ ਘਰੋਂ ਦਾ ਵੀ, ਪੜ੍ਹ ਲੋ ਜਾਂ ਬਾਹਰ ਵਗ ਜਾਓ ਜਾਂ ਲੱਗ ਜਾਓ, ਜਵਾਕਾਂ ਨੂੰ ਇਹਦੇ ਨਾਲ ਖੇਤੀ ਨਾਲ ਲਾਵੇ, ਮਾਂ ਪਿਓ ਕੋਲੇ ਇੰਨਾ ਪੜ੍ਹੇ ਬੈਠੇ ਆ, ਇੰਨਾ ਪੜ੍ਹੇ ਬੈਠੇ, ਨੌਕਰੀਆਂ ਦਿੱਤੀਆਂ ਕੋਈ ਸਾਨੂੰ, ਆ ਨਸ਼ੇ ਤੇ ਲਾ ਦੇ ਲਵਾਏ ਲੱਗ ਗਏ। ਦਵਾਈ ਦਾ ਤੁਹਾਨੂੰ ਦਬਾਉਣੇ ਆ, ਇਹ ਮਾੜੀ ਗੱਲ ਆ ਸ਼ੇਰਾ, ਬੰਦਾ ਭੈੜਾ ਲੱਗਦਾ ਮਾਂ ਪਿਓ ਦੀ ਜਿੱਤਾ ਯਾਰ।
चल गए करी जान गए चल यार देख ला कर की हाल हो रहा लोग चंगे भले जिमीदारा मुंडे है बुरा हाल हो गया यार यार अपने आप भी कम लोग ने गलत कर लिया अगला पढ़ाई जाना तीह तीह साल हो जाए ना ब्याह का ना नौकरी यार मैं कहना कर दिया जिमीदार का मुंडा दस बारह पढ़ जाए ना ओदा कम ते ला ले भाई है लोड़ नहीं पकाई दी अपन यार नौकरियां दो रह गईं या तो फौज की जिमीदार नूं या पुलिस की ये दा कोई लग गया करमा सारे मिल गई ठीक है नहीं भरावा चुप करके कम ते ला ले फौज भी सरकार ने चार साल की करती चाहे कुछ भी करती हूं मरदे किसी पास अक् चबनी पऊ बाला हो गया यार बेला बंदा यार किसी पास दिमाग तक चलता नशे करू यार लिप लिप पवाई दी पता नहीं की लिप जी बाल ही लाउंदे आ कुड़ियां ओ कॉलेज वाले मुंडे लाई जांदे ओ तां 15 15 ਸਾਲਾਂ ਦੇ ਜਵਾਕ ਲਾਈ ਜਾਂਦੇ ਆ ਉਹ ਦੇਖ ਲੈ ਨਵੀਂ ਚੀਜ਼ ਚੱਲ ਗਈ ਯਾਰ ਉਹ ਤਾਂ ਯਾਰ ਬਾਲਾ ਨਹੀਂ ਆਈ ਨਹੀਂ ਇਹ ਮੁੰਡੇ ਯਾਰ ਜਿਹੜੇ ਲੱਗੇ ਛੱਡ ਤਾਂ ਸਕਦੇ ਜੇ ਗੌਰ ਕਰੀਏ ਛੱਡਣਾ ਤਾਂ ਚਾਹੁੰਦੇ ਆ ਇਹ ਵਿਚਾਰੇ ਹੁਣ ਘਰੋਂ ਗਾਲਾਂ ਦੇ ਰਿਸ਼ਤੇਦਾਰ ਬੰਦੇ ਦਾ ਮਨ ਭਟਕ ਜਾਂਦਾ ਜੋ ਪੁੱਠੇ ਰਾਹ ਪੈ ਗਏ ਹੁਣ ਇਹ ਮਾਂ ਪਿਓ ਨੂੰ ਚਾਹੀਦਾ ਬਹਿ ਕੇ ਕੋਲੇ ਘੰਟਾ ਬੈਠੇ ਹੱਥ ਨੇ ਗੱਲਬਾਤ ਕਰੇ ਸਮਝਾਵੇ ਕਿ ਨਹੀਂ ਬੰਦੇ ਦਾ ਮਨ ਖੁਸ਼ ਹੋ ਜਾਂਦਾ ਉਹੀ ਤਾਂ ਗੱਲ ਆ ਜਾਂਦਾ ਇਹ ਛੱਡ ਸਕਦੇ ਆ ਹੌਲੀ ਹੌਲੀ ਛੱਡ ਤਾਂ ਸਕਦੇ ਆ ਲੈ ਗੋਲੀ ਖਾਣੇ ਕਹਿੰਦੇ ਬਾਬਾ ਗੋਲੀ ਤਾਂ ਉਦੋਂ ਵੀ ਮਾੜੀ ਆ ਯਾਰ ਉਹ ਤਾਂ ਉਦੋਂ ਮਾੜੀ ਹੈ ਦੇਖ ਲੈ ਹਾਂ ਇੱਕ ਗੋਲੀ ਬੰਦਾ ਜਿਹੜਾ ਖਾਂਦਾ ਨਾ ਗਰਦਿਆਲ ਕਹਿੰਦੇ ਕਿਲੋ ਭੁੱਖੀ ਦੇ ਬਰਾਬਰ ਆ ਉਹ ਤਾਂ ਬਾਲੀ ਮਾੜੀ ਹੈ ਦੇਖ ਲੈ ਕਿੱਥੋਂ ਪੂਰੀ ਆਉ ਯਾਰ ਜ਼ਿਮੀਦਾਰ ਬੰਦਾ ਉੱਥੇ ਲਾਈਨ 'ਚ ਲੱਗਦਾ ਭੜਾ ਲੱਗਦਾ ਹਸਪਤਾਲ 'ਚ ਹੋਰ ਉੱਥੇ ਮੈਂ ਜਾ ਕੇ ਦੇਖਿਆ देखो कोई चंगे राह पैण घरे भी कहवांगे यार कहवांगे जेड़ा कोई पिंड च मुंडा आपां नूं समझाउणा पऊ समझाउ गल चल फिर जाके किते बणूगी गवर्नमेंट भी इह चीज़ ते कंट्रोल करे हैं गवर्नमेंट नु ते चाहीदी है हाँ। नशा बंद कर दे कह दंदे हरेक लारा ला आंदा नशा बंद हुंदा करदा ही नहीं कोई आए हुण बहुत ता फेर यार जे पिंडां दे लोक साथ देणगे भाई लोकां नाल आ चिट्टा इह ते हरेक मोड़ां ते मिली जांदा है बहुत दुआम हो गया इह ता आपां नूं पिंडां चो लोकां नूं उत्ता चकणा पऊआ इह सारे इकट्ठे हो गए भाई जिहड़े माड़े नशे करो बंद ते जिहड़े मुंडे लगे इहनां नूं छड़ाईए रल मिल के हौली हौली प्यार नाल समझा के हुण दारू ता मिलदी इक थां जाके लैणी पैंदी आ बैठे ही करांगे देखदे थां थूं जाके कणक तां अजे गरदयाल गेती है ना बीज गए है ना कणक विच बीजी भी जांदे लोक बीजी तां जांदे फिर 15 दिन हजे बाली गेती आ झोने को सरदा ही नहीं